ਇਨਕਾਊਂਟਰ ਉਹਨਾਂ ਨੇ ਕਰਨਾ ਸੀ, ਇਹ ਕਾਨੂੰਨ ਦੀ ਭਾਸ਼ਾ 'ਚ ਇਨਕਾਊਂਟਰ ਕਿਵੇਂ ਹੁੰਦਾ? ਪਹਿਲਾਂ ਗਿੱਟਿਆਂ ਤੋਂ ਗੋਲੀ ਸ਼ੁਰੂ ਕਰਨੀ ਹੁੰਦੀ ਹੈ ਜਾਂ ਸਿੱਧਾ ਡਾਇਰੈਕਟ ਬੰਦੇ ਨੂੰ ਜਿਹੜਾ ਫਾਇਰ ਉਹਦੇ ਛਾਤੀ 'ਚ ਜਾਂ ਦਿਮਾਗ 'ਤੇ ਸੀਨੇ 'ਤੇ ਕਰਨਾ ਹੁੰਦਾ? ਉਹਦੀ ਲੱਤ ਉੱਤੇ ਫਾਇਰ ਕੀਤਾ ਜਾਵੇ ਜਦੋਂ ਤੱਕ ਇਹ ਦੌੜ ਨਾ ਸਕੇ, ਜਾਂ ਜਿੱਥੇ ਮੌਕੇ ਦੇ ਮੁਤਾਬਿਕ ਤੁਸੀਂ ਠੀਕ ਸਮਝੋ ਵੀ ਕਿੱਥੇ ਫਾਇਰ ਕਰਨਾ ਚਾਹੀਦਾ ਆ, ਜਾਂ ਦੋਸ਼ੀ ਦੌੜ ਰਿਹਾ, ਦੋਸ਼ੀ 'ਤੇ ਸਾਈਡ ਉੱਤੇ ਕੰਧ ਉੱਤੇ ਫਾਇਰ ਮਾਰਿਆ ਜਾਏ ਤਾਂ ਕਿ ਉਹ ਡਰ ਕੇ ਪਿੱਛੇ ਨੂੰ ਹੋ ਜਾਏ ਅਤੇ ਤੂੰ ਉਹ ਕਾਬੂ ਹੋ ਜਾਏ। ਪੰਜਾਬ ਦੇ ਵਿੱਚ ਜਦੋਂ ਇਹ ਦੌਰ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਹੁਣ ਤੱਕ ਜਿਹੜੇ ਪੁਲਿਸ ਵਾਲੇ ਨੇ ਉਹ ਹੁਣ ਤੱਕ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ। ਬੇਸ਼ੱਕ ਉਸ ਵੇਲੇ ਮੌਕੇ ਦੇ ਹਾਲਾਤਾਂ ਦੇ ਮੁਤਾਬਕ ਉਹਨਾਂ ਨੇ ਸਹੀ ਸਾਬਤ ਕੀਤਾ, ਲੇਕਿਨ ਬਾਅਦ ਦੇ ਵਿੱਚ ਉਹ ਝੂਠੇ ਸਾਬਤ ਹੋਏ। ਲੇਕਿਨ ਐਸੀ ਗੱਲ ਕਹਿ ਦਿਓ ਕਿ ਜਿਹੜਾ ਬੰਦਾ ਇੱਦਾਂ ਕਰਨ ਲੱਗਿਆ ਅਤੇ ਤੁਸੀਂ ਉਹਦੀ ਗੋਲੀ ਮਾਰ ਕੇ ਛਾਤੀ ਸੀਂ ਕਰ ਦਿਓ, ਕੋਈ ਗਰਦਨ ਨੂੰ ਰਾ ਦਿਓ, ਇਸ ਤਰ੍ਹਾਂ ਬਿਲਕੁਲ ਵੀ ਇਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਹੁੰਦੀ ਇਸ ਚੀਜ਼ ਦੀ, ਨਾ ਇਹਨਾਂ ਨੂੰ ਹਿਦਾਇਤ ਹੁੰਦੀ। ਅਗਰ ਐਸੀ ਗੱਲ ਇਹ ਆ ਕਿ ਪੁਲਿਸ ਆਫਿਸਰਸ ਨੇ ਕੋਈ ਐਸਾ ਕੰਮ ਕੀਤਾ ਹੈ ਜਿਹੜਾ ਕਿ ਕ੍ਰਾਈਮ ਆ, ਕ੍ਰਾਈਮ ਆ, ਯੂ ਕੈਨ ਬੁੱਕ ਦੈਮ। ਇੰਨਾ ਵੱਡਾ ਕ੍ਰਾਈਮ ਹੋ ਗਿਆ, ਇੰਨੀ ਵੱਡੀ ਵਾਰਦਾਤ ਹੋ ਗਈ ਕਿ ਜਿੱਦਾਂ ਕਹੀਦਾ ਹੁੰਦਾ ਕਿ ਅਸੀਂ ਬਦਲਾ ਲੈ ਲਿਆ, ਅਤੇ ਬਦਲੇ ਦੀ ਇੱਕ ਫੀਲਿੰਗ ਹੈ, ਖੁਸ਼ੀ ਵਰਡ ਹੋਰ ਹੁੰਦਾ ਆ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਕਾਸਿਫ ਫਾਰੂਕੀ। ਅੱਜ ਦਾ ਦਿਨ ਜਿਹੜਾ ਹਿੰਦੁਸਤਾਨ ਦੇ ਲਈ ਕਾਫੀ ਜ਼ਿਆਦਾ ਮਹੱਤਵਪੂਰਨ ਦਿਨ ਹੈ, ਉਹ ਦਿਨ ਹੈ ਜਦੋਂ ਪੁਲਿਸ ਨੇ 4 ਬਲਾਤਕਾਰ ਦੇ ਇਲਜ਼ਾਮ ਚੱਲ ਰਹੇ ਜਿਹੜੇ ਮੁਲਜ਼ਮ ਸੀ ਉਸ ਨੂੰ ਇਨਕਾਊਂਟਰ ਕਰ ਦਿੱਤਾ, ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਉਸੇ ਥਾਂ ਦੇ ਉੱਤੇ ਜਿੱਥੇ ਪੀੜਿਤ ਡਾਕਟਰ ਦਾ ਬਲਾਤਕਾਰ ਕਰਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ। ਲੋਕ ਉਸ ਥਾਂ 'ਤੇ ਫੁੱਲ ਸੁੱਟ ਰਹੇ ਨੇ ਔਰ ਪੂਰੇ ਮੁਲਕ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਖੁਸ਼ੀ ਦਾ ਮਾਹੌਲ ਹੈ, ਪਰ ਕੀ ਕਾਨੂੰਨ ਦੀ ਨਜ਼ਰ ਦੇ ਵਿੱਚ ਇਹ ਠੀਕ ਹੈ? ਕੀ ਕਾਨੂੰਨ ਇਸ ਦੀ ਇਜਾਜ਼ਤ ਦਿੰਦਾ ਹੈ? ਔਰ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਪੁਲਿਸ ਨੂੰ ਇਨਕਾਊਂਟਰ ਕਰਨ ਦੀ ਜਿਹੜੀ ਕਾਨੂੰਨ ਆ ਪਰਮਿਸ਼ਨ ਦਿੰਦਾ, ਇਹ ਸਾਰੇ ਸਵਾਲ ਨੇ ਜਿਹੜੇ ਅੱਜ ਸਾਨੂੰ ਮੂੰਹ ਚੜਾ ਰਹੇ ਨੇ। ਪੁਲਿਸ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ, ਕਿਉਂਕਿ ਪੰਜਾਬ ਦੇ ਵਿੱਚ ਵੀ ਜਦੋਂ ਖਾੜਕੂਵਾਦ ਦਾ ਦੌਰ ਸੀ ਤਾਂ ਪੁਲਿਸ ਨੇ ਸੱਚਿਆਂ ਤੋਂ ਕਹਾਣੀ ਸ਼ੁਰੂ ਕਰਕੇ ਝੂਠਿਆਂ ਵੱਲ ਨੂੰ ਲੈ ਆਉਂਦੀ ਸੀ ਅਤੇ ਉਸਦਾ ਖਮਿਆਜ਼ਾ ਸਾਡਾ ਪੰਜਾਬ ਅੱਜ ਤੱਕ ਭੁਗਤ ਰਿਹਾ। ਸੋ ਸਾਡੇ ਨਾਲ ਸੀਨੀਅਰ ਵਕੀਲ ਨੇ HV ਰਾਏ, ਉਹਨਾਂ ਨਾਲ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਾਨੂੰਨ ਦੀ ਭਾਸ਼ਾ ਦੇ ਵਿੱਚ ਕਿ ਜੋ ਇਹ ਇਨਕਾਊਂਟਰ ਅੱਜ ਪੁਲਿਸ ਵੱਲੋਂ ਕੀਤਾ ਗਿਆ ਉਸ ਨੂੰ ਕਿਸ ਨਜ਼ਰ ਨਾਲ ਜਿਹੜਾ ਕਾਨੂੰਨ ਹੈ ਉਹ ਦੇਖਦਾ ਹੈ। ਵਕੀਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ TV ਪੰਜਾਬੀ 'ਤੇ। ਜੀ ਵਕੀਲ ਸਾਹਿਬ, ਜਿਹੜਾ ਅੱਜ ਇਨਕਾਊਂਟਰ ਕੀਤਾ ਗਿਆ ਪੁਲਿਸ ਵੱਲੋਂ 4 ਲੋਕਾਂ ਨੂੰ ਮੌਕੇ ਵਾਰਦਾਤ 'ਤੇ, ਉਹਨਾਂ 'ਤੇ ਇਲਜ਼ਾਮ ਲੱਗੇ ਨੇ ਕਿ ਉਹ ਭੱਜਣ ਦੀ ਫਿਰਾਕ ਦੇ ਵਿੱਚ ਸੀ, ਉਹਨਾਂ ਨੇ ਵੈਪਨ ਖੋਏ ਪੁਲਿਸ ਦੇ ਅਤੇ ਉਸ ਤੋਂ ਬਾਅਦ ਪੁਲਿਸ ਨੇ ਆਪਣੇ ਬਚਾਅ ਦੇ ਵਿੱਚ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ। ਕਾਨੂੰਨ ਦੀ ਭਾਸ਼ਾ 'ਚ ਕਿਤੇ ਲਿਖਿਆ ਜੀ ਇੱਦਾਂ ਦਾ ਇਨਕਾਊਂਟਰ? ਸਰ, ਅਗਰ ਜੇ ਇਹ ਗੱਲ ਕਹੀ ਜਾਏ ਕਿ ਉਹਨਾਂ ਨੇ ਦੌੜਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਪੁਲਿਸ ਦੇ ਹਥਿਆਰ ਖੋਣ ਦੀ ਕੋਸ਼ਿਸ਼ ਕੀਤੀ ਵਗੈਰਾ, ਇਸ ਕਿਸਮ ਦੀ ਗੱਲ ਦੇ ਵਿੱਚ ਤਾਂ ਕਾਨੂੰਨ ਜਿਹੜਾ ਆ ਉਹ ਪਰਮਿਟ ਕਰਦਾ ਹੈ ਫੋਰਸਿਸ ਨੂੰ, ਜੋ ਪੁਲਿਸ ਵਾਲੇ ਔਨ ਡਿਊਟੀ ਹੈਗੇ ਆਪਣੀ ਜੋਬ ਕਰ ਰਹੇ ਆ, ਕਿ ਅਗਰ ਪੁਲਿਸ ਦਾ ਮੁਕਾਬਲਾ ਕਰ ਰਹੇ ਆ ਜਿਸ ਨੂੰ ਕਿ ਐਨਕਾਊਂਟਰ ਕਹਿੰਦੇ ਆ, ਅਤੇ ਪੁਲਿਸ ਨੂੰ ਸਾਰੇ ਅਧਿਕਾਰ ਹੈਗੇ ਆ ਕਿ ਦੇ ਕੈਨ ਯੂਜ਼ ਇਟ ਦੇਅਰ ਫੋਰਸ, ਰਾਈਟ? ਅਤੇ ਅਗਰ ਐਸੀ ਗੱਲ ਹੈ ਜਿਹੜੀ ਪੇਪਰ 'ਚ ਲਿਖੀ ਹੋਈ ਹੈ ਤਾਂ ਫਿਰ ਤਾਂ ਪੁਲਿਸ ਨੂੰ ਪਾਵਰ ਹੈਗੀ ਹੈ। ਹੁਣ ਅਗਰ ਇਹ ਦੇਖਿਆ ਜਾਏ ਕਿ ਕਿਆ ਇਹ ਸੱਚ ਹੈ ਜਾਂ ਝੂਠ ਹੈ, ਉਹ ਚੈਪਟਰ ਅਲੱਗ ਹੈ। ਜੀ ਜੀ।
ਬੇਸ਼ੱਕ ਇਹ ਗੱਲਾਂ ਜਿਹੜੀਆਂ ਨਿਕਲ ਕੇ ਬਾਅਦ ਮੈਜਿਸਟ੍ਰੇਟ ਜਾਂਚ ਦੇ ਹੁਕਮ ਵੀ ਦਿੱਤੇ ਨੇ ਵਕੀਲ ਸਾਹਿਬ, ਬਾਅਦ ਦੇ ਵਿੱਚ ਆਉਣਗੀਆਂ, ਪਰ ਕੀ ਖੁਸ਼ੀ ਮਨਾਉਣਾ ਠੀਕ ਹੈ? ਤੁਹਾਨੂੰ ਲੱਗਦਾ ਕਿ ਇਨਕਾਊਂਟਰ ਦਾ ਸਾਨੂੰ ਇਹੀ ਹੱਲ ਹੈ ਕਿ ਅਗਰ ਅਸੀਂ ਮੁਲਜ਼ਮਾਂ ਨੂੰ ਇੱਥੇ, ਸਵਾਲ ਇਹ ਨਹੀਂ ਹੈ ਕਿ ਸਾਡਾ ਸਿਸਟਮ ਠੀਕ ਹੋਣਾ ਚਾਹੀਦਾ, ਕੰਪੈਰੇਟਿਵਲੀ ਅਸੀਂ ਖੁਸ਼ੀ ਮਨਾ ਰਹੇ ਹਾਂ ਇੱਕ ਬੰਦੇ ਦਾ, ਮੁਲਜ਼ਮਾਂ ਦਾ, ਅਸੀਂ ਬੇਸ਼ੱਕ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਹਾਂ, ਲੇਕਿਨ ਇਨਕਾਊਂਟਰ ਕਿੱਥੋਂ ਤੱਕ ਦਾ ਜਾਇਜ਼ ਹੈ ਜੀ? ਸਰ ਇਹ ਵਰਡ ਕਿ ਅਸੀਂ ਖੁਸ਼ੀ ਮਨਾ ਰਹੇ ਹਾਂ, ਮੇਰੇ ਖਿਆਲ ਕਹਿੰਦਾ ਕਿ ਇਹ ਵਰਡ ਖੁਸ਼ੀ ਦਾ ਅਸੀਂ ਠੀਕ ਇਸਤੇਮਾਲ ਨਹੀਂ ਕਰ ਰਹੇ ਜੀ, ਇਹ ਖੁਸ਼ੀ ਨਹੀਂ ਹੈਗੀ ਜੀ। ਹਾਂ ਇਹ ਆ ਕਿ ਇੰਨਾ ਵੱਡਾ ਕ੍ਰਾਈਮ ਹੋ ਗਿਆ, ਇੰਨੀ ਵੱਡੀ ਵਾਰਦਾਤ ਹੋ ਗਈ ਕਿ ਜਿੱਦਾਂ ਕਹੀਦਾ ਹੁੰਦਾ ਕਿ ਅਸੀਂ ਬਦਲਾ ਲੈ ਲਿਆ, ਅਤੇ ਬਦਲੇ ਦੀ ਇੱਕ ਫੀਲਿੰਗ ਹੈ, ਖੁਸ਼ੀ ਵਰਡ ਹੋਰ ਹੁੰਦਾ ਆ, ਮਤਲਬ ਇਸ ਕਿਸਮ ਦੀ ਫੀਲਿੰਗ ਹੈ ਲੋਕਾਂ 'ਚ, ਖੁਸ਼ੀ ਵਰਡ ਕੁਛ ਹੋਰ ਹੈ ਜੀ। ਬਾਕੀ ਪੁਲਿਸ ਨੇ ਜੋ ਕੰਮ ਕੀਤਾ ਆ, ਜਿਹੜਾ ਕਾਗਜ਼ਾਂ 'ਚ ਲਿਖਿਆ ਆ ਜੀ, ਫਿਰ ਪੁਲਿਸ ਆਪਣੀ ਪਾਵਰ ਨੂੰ ਯੂਜ਼ ਕਰ ਸਕਦੀ ਹੈ ਕਿ ਅਗਰ ਕੋਈ ਮੁਲਜ਼ਮ ਪੁਲਿਸ ਦਾ ਮੁਕਾਬਲਾ ਕਰ ਰਿਹਾ ਹੈ ਜਾਂ ਇਤਨੀ ਵੱਡੀ ਵਾਰਦਾਤ ਹੋਣ ਦੇ ਬਾਅਦ ਦੌੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਪੁਲਿਸ ਕੈਨ ਯੂਜ਼ ਇਟਸ ਫੋਰਸ। ਲੇਕਿਨ ਸਵਾਲ ਤਾਂ ਇਹ ਉੱਠਦਾ ਜੀ, ਅਗਰ ਇਨਕਾਊਂਟਰ ਉਹਨਾਂ ਨੇ ਕਰਨਾ ਸੀ, ਇਹ ਕਾਨੂੰਨ ਦੀ ਭਾਸ਼ਾ 'ਚ ਇਨਕਾਊਂਟਰ ਕਿਵੇਂ ਹੁੰਦਾ? ਪਹਿਲਾਂ ਗਿੱਟਿਆਂ ਤੋਂ ਗੋਲੀ ਸ਼ੁਰੂ ਕਰਨੀ ਹੁੰਦੀ ਹੈ ਜਾਂ ਸਿੱਧਾ ਡਾਇਰੈਕਟ ਬੰਦੇ ਨੂੰ ਜਿਹੜਾ ਫਾਇਰ ਉਹਦੇ ਛਾਤੀ 'ਚ ਜਾਂ ਦਿਮਾਗ 'ਤੇ, ਸੀਨੇ 'ਤੇ ਕਰਨਾ ਹੁੰਦਾ, ਇਹ ਕੁਛ ਲਿਖਿਆ ਜੀ? ਅੱਛਾ ਸਰ, ਬਿਊਟੀਫੁਲ ਕੁਐਸਚਨ। ਇਹ ਸਰ ਇਸ ਤਰ੍ਹਾਂ ਆ ਕਿ ਜਦੋਂ ਪੁਲਿਸ ਆਪਣੀ ਫੋਰਸ ਨੂੰ ਯੂਜ਼ ਕਰਦੀ ਆ ਕਿ ਨੌਬਤ ਇੱਥੋਂ ਤੱਕ ਆ ਜਾਏ ਕਿ ਉਹਨਾਂ ਨੇ ਫਾਇਰ ਕਰਨਾ ਆ, ਅਤੇ ਉਹਦੇ 'ਚ ਉਹਨਾਂ ਨੂੰ ਹਿਦਾਇਤ ਹੈਗੀ ਆ ਮੌਕੇ ਦੇ ਮੁਤਾਬਿਕ ਕਿ ਉਹ ਮਤਲਬ ਫਾਇਰ ਨੂੰ ਇਸ ਜਗ੍ਹਾ ਦੇ ਉੱਤੇ ਏਮ ਕਰਨ ਕਿ ਜਿੱਥੇ ਨਾ ਮਤਲਬ ਉਹਦੀ ਡੈਥ ਨਾ ਹੋਵੇ, ਅਤੇ ਉਸਨੂੰ ਸਿਰਫ ਇੰਨੇ ਫਾਇਰ ਨਾਲ ਇੰਨਾ ਜ਼ਖਮੀ ਕੀਤਾ ਜਾਏ ਕਿ ਉਸਨੂੰ ਕਾਬੂ ਕੀਤਾ ਜਾ ਸਕੇ। ਮੈਂ ਮਿਸਾਲ ਦੇ ਤੌਰ 'ਤੇ ਕਿ ਕੋਸ਼ਿਸ਼ ਕਰੋ ਕਿ ਉਹਦੀ ਲੱਤ ਉੱਤੇ ਫਾਇਰ ਕੀਤਾ ਜਾਵੇ ਜਦੋਂ ਤੱਕ ਇਹ ਦੌੜ ਨਾ ਸਕੇ, ਜਾਂ ਜਿੱਥੇ ਮੌਕੇ ਦੇ ਮੁਤਾਬਿਕ ਤੁਸੀਂ ਠੀਕ ਸਮਝੋ ਵੀ ਕਿੱਥੇ ਫਾਇਰ ਕਰਨਾ ਚਾਹੀਦਾ ਆ, ਜਾਂ ਦੋਸ਼ੀ ਦੌੜ ਰਿਹਾ, ਦੋਸ਼ੀ 'ਤੇ ਸਾਈਡ ਉੱਤੇ ਕੰਧ ਉੱਤੇ ਫਾਇਰ ਮਾਰਿਆ ਜਾਏ ਤਾਂ ਕਿ ਉਹ ਡਰ ਕੇ ਪਿੱਛੇ ਨੂੰ ਹੋ ਜਾਏ ਅਤੇ ਉਹ ਕਾਬੂ ਹੋ ਜਾਏ, ਜਾਂ ਉਹਨੂੰ ਜ਼ਖਮੀ ਕੀਤਾ ਜਾਏ। ਮਤਲਬ ਇਸ ਕਿਸਮ ਦੀ ਫੋਰਸਿਸ ਦੀ ਆਪਣੀ ਟ੍ਰੇਨਿੰਗ ਹੁੰਦੀ ਹੈ ਇਹ, ਜਿਹਨੂੰ ਕੋਈ ਉਹ ਯੂਜ਼ ਕਰਦੇ, ਬਕਾਇਦਾ ਉਹਨਾਂ ਨੂੰ ਟ੍ਰੇਨਿੰਗ ਹੁੰਦੀ ਹੈ। ਲੇਕਿਨ ਐਸੀ ਗੱਲ ਕਹਿ ਦਿਓ ਕਿ ਜਿਹੜਾ ਬੰਦਾ ਇੱਦਾਂ ਕਰਨ ਲੱਗਿਆ ਅਤੇ ਤੁਸੀਂ ਉਹਦੀ ਗੋਲੀ ਮਾਰ ਕੇ ਛਾਤੀ ਸੀ ਨਾ ਕਰ ਦਿਓ, ਗਰਦਨ ਨੂੰ ਰਾ ਦਿਓ, ਇਸ ਤਰ੍ਹਾਂ ਬਿਲਕੁਲ ਵੀ ਇਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਹੁੰਦੀ ਇਸ ਚੀਜ਼ ਦੀ, ਨਾ ਇਹਨਾਂ ਨੂੰ ਹਿਦਾਇਤ ਹੁੰਦੀ ਹੈ। ਅਤੇ ਜੇ ਕੋਈ ਕ੍ਰਾਈਮ ਕਰ ਰਿਹਾ ਵਰਦੀ ਪਾ ਕੇ ਕਰ ਰਿਹਾ, ਫਿਰ ਕਾਨੂੰਨ ਉੱਥੇ ਹੈਗਾ ਆ। ਅਤੇ ਉਹ ਜਿਹੜਾ ਮੈਂ ਆਪਣੀ ਗੱਲ ਦੇ ਉੱਤੇ ਫਿਰ ਵਾਪਸ ਆ ਰਿਹਾ ਕਿ ਇਹ ਇਜ਼ਹਾਰ ਹੈ ਪਬਲਿਕ ਦਾ ਕਿ ਜੋ ਵਾਰਦਾਤ ਹੋਈ ਹੈ ਅਤੇ ਉਹਨਾਂ ਨੇ ਬਦਲੇ ਜੇ ਦੀ ਭਾਵਨਾ ਜਿਹੜੀ ਹੈ ਨਾ ਲੋਕਾਂ ਦੇ ਦਿਲ ਦੇ 'ਚ ਹੈਗੀ ਹੈ, ਖੁਸ਼ੀ ਵਰਡ ਹੋਰ ਹੁੰਦੀ ਹੈ ਜੀ ਜੀ। ਵਕੀਲ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਇੱਥੇ ਇਹ ਹੈ ਕਿ ਲੋਕਾਂ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਦਲੇ ਦੀ ਭਾਵਨਾ ਨਾਲ ਇਸ ਸਾਰੇ ਮੈਟਰ ਨੂੰ ਦੇਖਿਆ ਜਾ ਰਿਹਾ, ਪਰ ਅਜਿਹੇ ਜਿਹੜੇ ਕ੍ਰਾਈਮ ਨੇ ਇਸ ਨੂੰ ਤਾਂ ਜਿਹੜੇ ਹੁੰਦੇ ਨੇ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਇਹ ਦੌਰ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਹੁਣ ਤੱਕ ਜਿਹੜੇ ਪੁਲਿਸ ਵਾਲੇ ਨੇ ਉਹ ਹੁਣ ਤੱਕ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ। ਬੇਸ਼ੱਕ ਉਸ ਵੇਲੇ ਮੌਕੇ ਦੇ ਹਾਲਾਤਾਂ ਦੇ ਮੁਤਾਬਕ ਉਹਨਾਂ ਨੇ ਸਹੀ ਸਾਬਤ ਕੀਤਾ, ਲੇਕਿਨ ਬਾਅਦ ਦੇ ਵਿੱਚ ਉਹ ਝੂਠੇ ਸਾਬਤ ਹੋਏ। ਹਾਂ ਸਰ, ਇਹਦੇ ਵਿੱਚ ਇਹ ਹੁੰਦੇ ਆ ਕਿ ਇੱਕ ਤਾਂ ਐਗਜ਼ੀਕਿਊਟਿਵ ਮੈਜਿਸਟਰੇਟ, ਜਿਹੜੇ ਮੈਜਿਸਟਰੇਟ ਰਹੇ ਨੇ, ਇਨਕੁਆਇਰੀ ਡੈਪਿਊਟ ਕੀਤੀ ਜਾ ਸਕਦੀ, ਜਾਂ ਕੋਈ ਜੁਡੀਸ਼ੀਅਲ ਆਫਿਸਰ ਜਿਹੜੇ ਆ ਜਾਂ ਜੁਡੀਸ਼ੀਅਲ ਜੱਜ ਜਿਹੜੇ ਰਿਟਾਇਰ ਆ ਉਹਨਾਂ ਨੂੰ ਵੀ ਡੈਪਿਊਟ ਕਰ ਦਿੰਦੇ ਆ ਇਨਕੁਆਇਰੀ ਵਾਸਤੇ, ਇੱਕ ਵਨ ਸਟਾਈਲ। ਅਤੇ ਅਨਦਰ, ਜੇ ਕੋਈ ਬੰਦਾ ਪ੍ਰਾਈਵੇਟ ਤੌਰ ਦੇ ਉੱਤੇ ਆਪਣੀ ਪਾਵਰਸ ਨੂੰ ਯੂਜ਼ ਕਰ ਰਿਹਾ, ਅਤੇ ਉਹ ਪਿਛਲੀ ਵਾਰੀ ਮੈਂ ਜੋ ਗੱਲ ਕੀਤੀ ਸੀ ਕਿ ਤੁਸੀਂ ਐਫ ਆਈ ਆਰ ਕਿੱਦਾਂ ਦੇ ਸਕਦੇ ਹੈ, ਦੇ ਆਰ ਰੇਜ ਐਫ ਆਈ ਆਰ 154 CRPC ਹੁੰਦੀ ਹੈ, ਤੁਸੀਂ ਪੁਲਿਸ ਕੋਲ ਜਾਂਦੇ ਹੋ, ਪੁਲਿਸ ਨਹੀਂ ਲਿਖ ਰਹੀ ਹੈ, ਪੁਲਿਸ ਆਪ ਖੁਦ ਹੀ ਮੁਲਜ਼ਮ ਹੈ ਜਾਂ ਕੁਛ ਵੀ ਐਸੀ, ਉਹਦੇ ਬਕਾਇਦਾ ਵੇਜ਼ ਹੈਗੇ ਆ। ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀਗੀ ਕਿ ਇਹਦੇ 'ਚ ਐਫ ਆਈ ਆਰ ਕਿੱਦਾਂ ਹੁੰਦੀ ਹੈ, ਜੇ ਐਫ ਆਈ ਆਰ ਨਹੀਂ ਪੁਲਿਸ ਕਰਦੀ ਹੈਗੀ ਹੈ, ਸੈਕਸ਼ਨ 36 'ਚ ਵੱਡੇ ਅਫਸਰਾਂ ਨੂੰ ਜਿਹੜਾ ਅਸੀਂ ਭੇਜਦੇ ਹਾਂ ਕੰਪਲੇਂਟ, ਉਹ ਡਾਇਰੈਕਸ਼ਨ ਆ ਜਾਂਦੀ ਹੈ, ਅਗਰ ਉਹ ਵੀ ਨਹੀਂ ਹੁੰਦੀਆਂ ਦੈਨ ਯੂ ਕੈਨ ਫਾਈਲ ਯੂਅਰ ਕੇਸ ਇਨ ਦਾ ਕੋਰਟ।
ਠੀਕ ਹੈ, ਇਹਦੇ 'ਤੇ ਹਰਜਿੰਦਰ ਸਿੰਘ ਵਰਸਿਸ ਸਟੇਟ ਆਨਰੇਬਲ ਸੁਪਰੀਮ ਕੋਰਟ ਦੀ ਰੂਲਿੰਗ ਹੈਗੀ ਹੈ ਕਿ ਇਟ ਇਜ਼ ਈਕੁਅਲ ਟੂ ਸਟੇਟ ਕੇਸ, ਉਹੀ ਐਵੀਡੈਂਸ ਹੁੰਦਾ, ਉਹੀ ਸਾਰਾ ਲਾਅ ਹੁੰਦਾ ਆ। ਅਤੇ ਅਗਰ ਐਸੀ ਗੱਲ ਆ ਕਿ ਪੁਲਿਸ ਆਫਿਸਰਸ ਨੇ ਕੋਈ ਐਸਾ ਕੰਮ ਕੀਤਾ ਹੈ ਜਿਹੜਾ ਕਿ ਕ੍ਰਾਈਮ ਆ, ਕ੍ਰਾਈਮ ਆ, ਯੂ ਕੈਨ ਬੁੱਕ ਦੈਮ ਇਨ ਦਾ ਕੋਰਟ, ਕੋਰਟ ਵਿਲ ਡਿਸਾਈਡ ਦਾ ਮੈਟਰ, ਕੋਰਟ ਆਪਣਾ ਫੈਸਲਾ ਦੇਵੇਗੀ ਕਾਨੂੰਨ ਦੇ ਮੁਤਾਬਿਕ। ਜੀ ਵਕੀਲ ਸਾਹਿਬ, ਫਿਰ ਤਾਂ ਠੀਕ ਹੈ, ਜਿਹੜੀ ਅੱਜ ਦੇ ਇਨਕਾਊਂਟਰ ਤੋਂ ਬਾਅਦ ਇੱਕ ਮੁਲਕ ਦੇ ਵਿੱਚ ਅਲੱਗ ਹੀ ਮਾਹੌਲ ਬਣਿਆ ਹੋਇਆ, ਫਿਰ ਤਾਂ ਸਹੀ ਹੈ, ਠੀਕ ਦਿਸ਼ਾ ਵੱਲ ਜਾ ਰਹੇ ਹਾਂ ਅਸੀਂ। ਦੇਖੀਏ, ਜਿੰਨਾ ਦਰਦਨਾਕ, ਜਿੰਨਾ ਇਮੋਸ਼ਨਲ ਵੀਕੈਂਸੀ ਸੈਂਸਿਟਿਵ ਜਿਹੜੀ ਮੇਨ ਵਾਰਦਾਤ ਹੋਈ ਲੜਕੀ ਦੇ ਨਾਲ, ਜਾਂ ਨਿਰਭਿਆ ਕੇਸਿਸ ਵੀ, ਦਿੱਲੀ ਵਾਲੀ ਕੇਸਿਸ ਵੀ, ਯਾਨੀ ਕਿ ਕਹੀਏ ਕਿ ਬੰਦਾ ਨਿਚੋੜ ਹੋ ਜਾਂਦਾ ਇਸ ਕਿਸਮ ਦੀ ਜਦੋਂ ਘਟਨਾ ਸੁਣਦਾ ਹੈ ਨਾ, ਗੁੱਸਾ ਵੀ ਬਹੁਤ ਹੁੰਦਾ ਹੈ। ਬਿਲਕੁਲ, ਅਤੇ ਉਹਦੇ ਵਿੱਚ ਜਦੋਂ ਪੁਲਿਸ ਇਹ ਐਕਸ਼ਨ ਲੈ ਰਹੀ ਹੁੰਦੀ ਆ, ਅਤੇ ਮੈਂ ਦੱਸਿਆ ਨਾ ਕੋਈ ਬਦਲੇ ਦੀ ਭਾਵਨਾ ਲੋਕਾਂ ਦੇ ਵਿੱਚ ਹੈਗੀ ਹੈ, ਜਿਸ 'ਚ ਵੀ ਗੁੱਸਾ ਸੀ ਅਤੇ ਪੁਲਿਸ 'ਚ ਵੀ ਗੁੱਸਾ, ਦੇਖੋ ਜੀ, ਅਤੇ ਆਈ ਕੈਨ ਸੇ ਓਨਲੀ ਸੋ ਮੱਚ ਕਿ ਜੋ ਕੁਛ ਹੋਇਆ ਬਹੁਤ ਬੁਰਾ ਹੋਇਆ, ਜੋ ਆ ਹੋਇਆ ਇਹ ਵੀ ਬਹੁਤ ਬੁਰਾ ਹੋਇਆ ਹੈ, ਲੇਕਿਨ ਆਈ ਕੈਨ ਨੋਟ ਕਮੈਂਟ ਬਿਕੋਜ਼ ਇਟ ਇਜ਼ ਮੈਟਰ ਆਫ ਲਾਅ ਨਾਓ। ਕਿ ਇਹਦੇ ਉੱਤੇ ਮੈਜਿਸਟਰੀ ਕੋਈ ਇਨਕੁਆਇਰੀ ਬੈਠੇ ਜਾਂ ਕੁਛ ਵੀ ਬੈਠੇ, ਤਾਂ ਮੈਨੂੰ ਬਿਲਕੁਲ ਮੈਨੂੰ ਲਾਅ ਪਰਮਿਟ ਨਹੀਂ ਕਰਦਾ ਕਿ ਮੈਂ ਇਹਦੇ ਬਾਰੇ ਕੋਈ ਵੀ ਕਮੈਂਟ ਕਰਾਂ। ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ, ਸਾਰੀ ਗੱਲਬਾਤ ਦੇ ਲਈ। ਬੜੇ ਹੀ ਤੁਸੀਂ ਆਸਾਨ ਸ਼ਬਦਾਂ ਦੇ ਵਿੱਚ, ਸਮਝਣ ਵਾਲੇ ਸ਼ਬਦਾਂ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਨਾਲ ਅਗਰ ਇਨਕਾਊਂਟਰ ਦੀ ਨੌਬਤ ਆਉਂਦੀ ਹੈ ਤਾਂ ਕਿਵੇਂ ਹੋ ਸਕਦਾ ਹੈ। ਔਰ ਤੁਸੀਂ ਨਾਲ ਇੱਕ ਬੜੀ ਹੋਰ ਅਹਿਮ ਗੱਲ ਕੀਤੀ ਹੈ ਕਿ ਇਹ ਖੁਸ਼ੀ ਨਹੀਂ ਹੈ, ਇਹ ਇੱਕ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਬਦਲੇ ਵਾਲੀ ਭਾਵਨਾ ਇਸ ਵੇਲੇ ਜਿਹੜੇ ਮੁਲਕ ਦੇ ਵਿੱਚ ਜਜ਼ਬਾ ਹੈਗਾ ਉਹ ਜਿਹੜਾ ਸਾਂਝਾ ਕੀਤਾ ਜਾ ਰਿਹਾ ਸਾਰੇ ਪਾਸੇ। ਰਿਟੇਲੀਏਸ਼ਨ, ਫੀਲਿੰਗ ਆਫ ਰਿਟੇਲੀਏਸ਼ਨ, ਦਿਸ ਇਜ਼। ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਸੀਨੀਅਰ ਵਕੀਲ ਐਚ ਵੀ ਰਾਏ, ਜਿਨ੍ਹਾਂ ਨੇ ਕਿਹਾ ਕਿ ਅਗਰ ਇਨਕਾਊਂਟਰ ਦੀ ਨੌਬਤ ਆਉਂਦੀ ਹੈ ਤਾਂ ਕਿਸ ਤਰੀਕੇ ਨਾਲ ਜਿਹੜੀ ਪੁਲਿਸ ਹੈਗੀ ਹੈ ਉਹ ਇਨਕਾਊਂਟਰ ਕਰ ਸਕਦੀ ਹੈ ਕਿਸ ਕਿਸ ਤਰੀਕੇ ਨਾਲ, ਔਰ ਅਗਰ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਹੈਗੀ ਹੈ, ਸਵਾਲ ਉੱਠ ਰਹੇ ਨੇ, ਤਾਂ ਉਸ ਦੇ ਲਈ ਜਿਹੜੀ ਮੈਜਿਸਟਰੇਟੀ ਜਾਂਚ ਹੈ ਉਹ ਸਾਰੇ ਤੱਥ ਉਸ ਤੋਂ ਬਾਅਦ ਹੀ ਸਾਹਮਣੇ ਆ ਸਕਣਗੇ। ਫਿਲਹਾਲ ਸਾਨੂੰ ਇਸ ਮਸਲੇ ਤੋਂ ਬਾਅਦ ਇਹੀ ਜਿਹੜੀ ਗੱਲਬਾਤ ਤੋਂ ਬਾਅਦ ਅਸੀਂ ਇਹੀ ਕਹਿ ਸਕਦੇ ਹਾਂ ਕਿ ਇਸ ਵੇਲੇ ਜ਼ਰੂਰਤ ਇਹ ਹੈ ਕਿ ਅਸੀਂ ਕਾਨੂੰਨ ਨੂੰ, ਆਪਣੀਆਂ ਭਾਵਨਾਵਾਂ ਨੂੰ ਕੰਟਰੋਲ 'ਚ ਰੱਖ ਕੇ ਕਾਨੂੰਨ ਦੀ ਗੱਲ ਕਰੀਏ, ਉਹ ਗੱਲ ਕਰੀਏ ਜਿਹੜੀ ਇਸ ਵੇਲੇ ਐਥੀਕਲੀ ਕਾਨੂੰਨ ਦੇ ਮੁਤਾਬਕ ਹੁੰਦੀ ਹੈ। ਖੁਸ਼ੀ, ਗਮੀ, ਇਹ ਸਭ ਬਾਅਦ ਦੀਆਂ ਗੱਲਾਂ ਨੇ। ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਕਾਫੀ ਪਸੰਦ ਆਈ ਹੋਵੇਗੀ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। ਧੰਨਵਾਦ।